ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਲਾਈਵ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਔਰ ਇੱਕ ਬਹੁਤ ਵੱਡੀ ਖਬਰ ਹੈ ਔਰ ਉਸ ਖਬਰ ਦਾ ਐਨਾਲਿਸਿਸ ਵੀ ਜਸਮੀਤ ਪਾਟਿਆ ਜੀ ਸਾਡੇ ਨਾਲ ਕਰਨਗੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸੋਨਦਰ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਇਹ ਕੈਨੇਡਾ ਤੋਂ ਚੰਗੀ ਖਬਰ ਸਮਝੀ ਜਾਵੇ ਜਾਂ ਬੁਰੀ ਖਬਰ ਸਮਝੀ ਜਾਵੇ ਮਾਸਟਰ ਨੂੰ ਲੈ ਕੇ ਵੀ ਮਾਸਟਰਸ ਡਿਗਰੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਬਦਲਾਅ ਲਾਗੂ ਹੋਣ ਜਾ ਰਹੇ ਨੇ ਪੂਰੀ ਕਲੈਰਿਟੀ ਅਗਰ ਤੁਸੀਂ ਇਹਨਾਂ ਤੇ ਦਿਓ ਤੇ ਵਿਦਿਆਰਥੀਆਂ ਨੂੰ ਬਹੁਤ ਹੈਲਪਫੁਲ ਹੋ ਸਕਦੀ ਹੈ ਤੁਹਾਡੀ ਇਨਫੋਰਮੇਸ਼ਨ ਸਰ ਬਿਲਕੁਲ ਸਰ ਪਹਿਲੀ ਗੱਲ ਤਾਂ ਮਾਸਟਰਸ 'ਚ ਕਾਫੀ ਸਾਰੇ ਚੇਂਜਸ ਆਉਣੇ ਆ ਰਹੇ ਆ ਪਹਿਲੀ ਸਾਰੇ ਸਾਰਿਆਂ ਨੂੰ ਮੈਂ ਇਹ ਚੀਜ਼ ਦੱਸਣ ਜਾਵਾਂਗਾ ਕੋਈ ਵੀ ਮਾਸਟਰਸ ਅਸੀਂ ਕਰਨ ਜਾਂਦੇ ਆ ਤਾਂ ਮਾਸਟਰਸ ਦੇ ਅੰਦਰ ਵਰਕ ਪਰਮਿਟ ਹੈਗਾ ਉਹ ਸੀਆਈਪੀ ਕੋਡਸ ਉਹਦੇ ਤੇ ਲਾਗੂ ਨਹੀਂ ਹੋਣਗੇ ਜਿਹੜੀ ਇੱਕ ਨਵੀਂ ਟਰਮ ਆਈ ਹੈ ਸੀਆਈਪੀ ਕੋਡਸ ਦੀ ਉਹ ਉਹਦੇ ਤੇ ਲਾਗੂ ਨਹੀਂ ਹੋਣਗੇ ਮਾਸਟਰਸ ਦੇ ਦੂਜੀ ਚੀਜ਼ ਹੈ 1 ਜਨਵਰੀ ਤੋਂ 1 ਜਨਵਰੀ ਤੋਂ ਪੈਲ ਰਿਕੁਆਇਰਡ ਹੋਏਗਾ 1 ਜਨਵਰੀ ਤੋਂ ਪੈਲ ਰਿਕੁਆਇਰਡ ਹੋਏਗਾ ਫਾਰ ਮਾਸਟਰ ਕੋਰਸਸ ਫਰੋਮ 1 ਜਨਵਰੀ ਪੈਲਸ ਵਿਲ ਬੀ ਰਿਕੁਆਇਰਡ ਫਾਰ ਮਾਸਟਰ ਕੋਰਸਸ ਔਰ ਦੂਜੀ ਚੀਜ਼ ਮਾਸਟਰਸ ਵਾਲੇ ਬੱਚਿਆਂ ਨੂੰ ਜਿਸ ਸਪਾਊਸ ਨੂੰ ਨਾਲ ਲੈ ਕੇ ਜਾਣਾ ਹੈ ਤਾਂ 16 ਮਹੀਨੇ ਦਾ ਕੋਰਸ ਕਰਨਾ ਜ਼ਰੂਰੀ ਹੈ ਜੇ ਮਾਸਟਰਸ ਵਾਲਿਆਂ ਨੂੰ ਆਪਣੇ ਨਾਲ ਸਪਾਊਸ ਨੂੰ ਲੈ ਕੇ ਜਾਣਾ ਹੈ ਤਾਂ 16 ਮਹੀਨੇ ਦਾ ਕੋਰਸ ਕਰਨਾ ਜ਼ਰੂਰੀ ਹੈ ਸੋ ਤੀਸਰੀ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਖਿਆਲ ਰੱਖਣ ਵਾਲੀ ਲੋੜ ਹੈ ਕਿ ਮਾਸਟਰ ਸਟੂਡੈਂਟਸ ਜੇ ਹੁਣ ਕੋਟਾ ਦੇ ਅੰਦਰ ਆ ਗਿਆ ਕਿ ਜਿਹੜਾ ਕੋਟਾ ਜਿਹੜਾ 437500 ਦਾ ਕੋਟਾ ਹੈ ਉਹਦੇ ਅੰਦਰ ਹੀ ਮਾਸਟਰ ਸਟੂਡੈਂਟਸ ਨੂੰ ਵੀ ਕਾਊਂਟ ਕੀਤਾ ਜਾਏਗਾ ਸੋ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਟ੍ਰੈਂਡ ਉੱਠਿਆ ਕਿ ਜਿਹੜੇ ਕਾਲਜਿਸ ਨੇ ਸਕਾਲਰਸ਼ਿਪ ਦਿੱਤੀ ਸੀ ਸੁਰਿੰਦਰ ਜੀ ਉਹਨਾਂ ਕਾਲਜਿਸ ਦੀਆਂ ਸੀਟਾਂ ਜਨਵਰੀ ਇਨਟੇਕ ਦੀਆਂ ਫੁੱਲ ਹੋ ਗਈਆਂ ਕਲੋਜ਼ ਹੋ ਗਏ ਆ ਅਲਬਰਟਾ ਚ ਸੀਟ ਨਹੀਂ ਮਿਲ ਰਹੀ ਜਨਵਰੀ ਇਨਟੇਕ ਦੀ ਸਕੈਚਵਨ ਚ ਸੀਟਾਂ ਵੀ ਬਹੁਤ ਲਿਮਟਿਡ ਆ ਮੈਨੀਟੋਬਾ ਚ ਵੀ ਸੀਟਾਂ ਬਹੁਤ ਲਿਮਟਿਡ ਆ অন্ਟਾਰੀਓ ਦੇ ਕਾਲਜਿਸ ਵੀ ਹੁਣ ਕਲੋਜ਼ ਹੋਣੇ ਸ਼ੁਰੂ ਹੋ ਗਏ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਸਟੂਡੈਂਟਸ ਥੋੜਾ ਧਿਆਨ ਦੇ ਰਹੇ ਨੇ ਕਿਉਂਕਿ 1 ਨਵੰਬਰ ਤੋਂ ਪਹਿਲਾਂ ਪਹਿਲੀ ਗੱਲ ਤਾਂ ਬੱਚਿਆਂ ਨੇ ਲੋਚ ਕਰਨੀਆਂ ਫਾਈਲਾਂ ਔਰ ਦੂਸਰੀ ਚੀਜ਼ ਹੈ ਕਿ ਹੁਣ ਜਿਹੜੇ ਜਿਹੜੇ ਪ੍ਰੋਗਰਾਮਸ ਡਿਮਾਂਡ ਚ ਆ ਯਾਨੀ ਕਿ ਜਿੰਨਾ ਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਗੇ ਉਨ੍ਹਾਂ ਦੀਆਂ ਸੀਟਾਂ ਬਹੁਤ ਜਲਦੀ ਖਤਮ ਹੋ ਜਾਣਗੀਆਂ ਤਾਂ ਮੈਨੂੰ ਸਟੂਡੈਂਟਸ ਮੈਂ ਸਾਰਿਆਂ ਨੂੰ ਇਹ ਐਡਵਾਈਸ ਕਰਾਂਗਾ ਕਿ ਵੀ ਸ਼ੁੱਡ ਟੇਕ ਇਟ ਵੈਰੀ ਸੀਰੀਅਸਲੀ ਐਂਡ ਇਸ ਮੌਕੇ ਤੇ ਤੁਹਾਨੂੰ ਇੱਕ ਇਦਾਂ ਦਾ ਕੰਸਲਟੈਂਟ ਚਾਹੀਦਾ ਹੈ ਜਿਹੜਾ ਤੁਹਾਨੂੰ ਸਹੀ ਗਾਈਡੈਂਸ ਦੇ ਸਕੇ ਔਰ ਤੁਹਾਨੂੰ ਇਦਾਂ ਦੇ ਕੋਰਸੇਸ ਦੱਸ ਸਕੇ ਜਿਨ੍ਹਾਂ ਚ ਅੱਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਗੇ ਤਾਂ ਮਾਸਟਰਸ ਵਾਲੇ ਸਟੂਡੈਂਟਸ ਨੂੰ ਮੈਂ ਕਹਾਂਗਾ ਕਿ ਜਲਦ ਤੋਂ ਜਲਦ ਅਪਲਾਈ ਕਰੀਏ ਤਾਂ ਕਿ ਸਾਨੂੰ ਪੈਲ ਦੀ ਰਿਕੁਆਇਰਮੈਂਟ ਨਾ ਹੋਏ ਔਰ 31 ਦਸੰਬਰ ਤੋਂ ਪਹਿਲਾਂ ਅਪਲਾਈ ਕਰੀਏ ਮਾਸਟਰਸ ਤੇ ਜ਼ਿਆਦਾਤਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਕੋਈ ਵੀ ਐਪਲੀਕੇਸ਼ਨ ਫੀਸ ਨਾ ਦੇਣੀ ਪਏ ਔਰ ਲੈਂਡਮਾਰਕ ਇਮੀਗ੍ਰੇਸ਼ਨ ਦੀ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਹੋਏਗੀ ਬਿਲਕੁਲ ਠੀਕ ਹੈ ਸੋ ਪ੍ਰੋਫਾਈਲ ਦੀਆਂ ਰਿਕੁਆਇਰਮੈਂਟਸ ਵੀ ਇੱਕ ਵਾਰੀ ਤੁਸੀਂ ਜ਼ਰੂਰ ਦੱਸ ਦਿਓ ਕਿਉਂਕਿ ਟ੍ਰੈਂਡ ਤਾਂ ਹੈ ਦੇਖੋ ਬਹੁਤ ਸਾਰੇ ਬੱਚੇ ਨੇ ਜਿਹੜੇ ਮਾਸਟਰਸ ਲਈ ਜਾਣਾ ਚਾਹੁੰਦੇ ਨੇ ਹੁਣ ਜਨੂਅਰੀ ਇਨਟੇਕ ਦੇ ਵਿੱਚ ਪ੍ਰੋਫਾਈਲ ਰਿਕੁਆਇਰਮੈਂਟ ਔਰ ਕਿਸ ਤਰ੍ਹਾਂ ਦੀਆਂ ਆਪਸ਼ਨਸ ਤੁਹਾਡੇ ਕੋਲੇ ਅਵੇਲੇਬਲ ਹਨ ਸੋ ਦੇਖੋ ਸਰ ਮਾਸਟਰਸ ਦੇਖੋ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੁੰਦੀ ਹੈ 6.5 ਬੈਂਡ ਨੋ ਬੈਂਡ ਲੈਸ 6 ਮਾਸਟਰਸ ਦੀ ਜਿਹੜੀ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈ ਉਹ 6.5 ਬੈਂਡ ਨੋ ਬੈਂਡ ਲੈਸ 6 ਜਿੰਨੇ ਘੱਟ ਬੈਕਲੌਗ ਹੋਣਗੇ ਓਨਾਂ ਜ਼ਿਆਦਾ ਵਧੀਆ ਸੋ ਬੈਕਲੌਗਸ ਹੋਣੇ ਜ਼ਰੂਰੀ ਨਹੀਂ ਹੈ ਕੁਝ ਯੂਨੀਵਰਸਿਟੀਆਂ ਦੀ ਰਿਕੁਆਇਰਮੈਂਟ 7 ਈਚ ਵੀ ਹੈਗੀ ਹੈ और काफ़ी सारिया यूनिवर्सिटियाँ चार साल की बैचलर डिग्री ही एक्सैप्ट सरकारी यूनिवर्सिटीयां चार साल की बैचलर डिग्री ही एक्सैप्ट कर दिया। कुछ प्राइवेट यूनिवर्सिटीज तीन साल की बैचलर डिग्री विद फाउंडेशन एक्सैप्ट कर लेंगे सो so, ਸਾਰਿਆਂ ਨੂੰ ਇੱਕ ਐਕਸਪਰਟ ਗਾਈਡੈਂਸ ਦੀ ਲੋੜ ਹੈ ਜੇ ਤੁਸੀਂ ਮਾਸਟਰਸ ਐਡਮਿਸ਼ਨ ਲੈਣਾ ਚਾਹੁੰਦੇ ਹੋ ਪਰ ਜੇ ਤੁਸੀਂ ਸਰਕਾਰੀ ਯੂਨੀਵਰਸਿਟੀਆਂ ਚ ਮਾਸਟਰਸ ਦੀ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਕਾਫੀ ਡਿਫਿਕਲਟੀ ਆ ਰਹੀ ਹੈ ਬਿਕਾਜ਼ ਉੱਥੇ ਇੱਕ ਇੱਕ 2 ਸਾਲ ਟਾਈਮ ਜਿਹੜਾ ਆਫਰ ਲੈਟਰ ਨੂੰ ਲੱਗ ਰਿਹਾ ਸੋ ਸਟੂਡੈਂਟਸ ਤੁਸੀਂ ਨੀਅਰੈਸਟ ਸਾਡੇ ਆਫਿਸ ਵਿਜ਼ਿਟ ਕਰੋ ਜੇ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਹੋ 15 ਅਕਤੂਬਰ ਨੂੰ 17 ਸੈਕਟਰ ਸਾਡੇ ਆਫਿਸ ਚ ਪੰਜ ਕਾਲਜਿਸ ਦੇ ਨੁਮਾਇੰਦੇ ਪਾਰਟਿਸਿਪੇਟ ਕਰ ਰਹੇ ਨੇ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਬ੍ਰਿਟਿਸ਼ ਕੋਲੰਬੀਆ ਅਲੈਗਜ਼ੈਂਡਰ ਕਾਲਜ ਬ੍ਰਿਟਿਸ਼ ਕੋਲੰਬੀਆ ਇਸ ਦੇ ਨਾਲ ਨਾਰਥ ਆਇਲੈਂਡ ਕਾਲਜ ਬ੍ਰਿਟਿਸ਼ ਕੋਲੰਬੀਆ ਮੈਨੀਟੋਬਾ ਇੰਸਟੀਚਿਊਟ ਆਫ ਟੈਕਨੋਲੋਜੀ ਵਿਨੀਪੈਗ ਐਂਡ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਬ੍ਰਿਟਿਸ਼ ਕੋਲੰਬੀਆ ਸੋ ਤੁਸੀਂ ਇੰਨਾ ਸਾਰਿਆਂ ਨੂੰ ਮਿਲ ਕੇ ਬਾਓ ਵੈਲੀ ਕਾਲਜ ਅਲਬਰਟਾ ਤੁਸੀਂ ਇੰਨਾ ਸਾਰਿਆਂ ਨੂੰ ਮਿਲ ਕੇ ਆਪਣੇ ਸਾਰੇ ਡਾਊਟਸ ਕਲੀਅਰ ਕਰ ਸਕਦੇ ਹੋ 15 ਅਕਤੂਬਰ ਨੂੰ ਇਹ ਚੰਡੀਗੜ੍ਹ ਸੈਕਟਰ 17 ਦੇ ਆਫਿਸ ਰਹਿਣਗੇ ਔਰ 19 ਅਕਤੂਬਰ ਨੂੰ ਸਾਡੇ ਅੰਮ੍ਰਿਤਸਰ ਵਾਲੇ ਆਫਿਸ ਰਹਿਣਗੇ ਐਂਡ 17 ਅਕਤੂਬਰ ਨੂੰ ਮੈਂ ਬਠਿੰਡਾ 'ਚ ਰਵਾਂਗਾ ਤੁਸੀਂ ਮੈਨੂੰ ਮਿਲ ਕੇ ਵੀ ਆਪਣੇ ਸਾਰੇ ਡਾਊਟਸ ਕਲੀਅਰ ਕਰ ਸਕਦੇ ਹੋ ਔਰ 19 17 ਅਕਤੂਬਰ ਨੂੰ ਮੈਂ ਬਠਿੰਡਾ 'ਚ ਰਵਾਂਗਾ 19 ਅਕਤੂਬਰ ਨੂੰ ਅੰਮ੍ਰਿਤਸਰ ਆਫਿਸ 'ਚ ਕਾਲਜ ਦੇ ਨੁਮਾਇंदे ਆਣਗੇ ਅਨ 23 ਅਕਤੂਬਰ ਨੂੰ ਯੂਕੇ ਯੂਐਸਏ ਜਰਮਨੀ ਨੂੰ ਲੈ ਕੇ ਲੈਂਡਮਾਰਕ ਇਮੀਗ੍ਰੇਸ਼ਨ ਦਾ ਇੱਕ ਮੇਗਾ ਕਰੀਅਰ ਪਲੈਨਿੰਗ ਵਰਕਸ਼ਾਪ ਹੋਣ ਜਾ ਰਹੀ ਹੈ ਹੋਟਲ ਅਰੋਮਾ ਚ ਔਰ ਹੋਟਲ ਅਰੋਮਾ ਚ ਤੁਸੀਂ ਮੈਨੂੰ ਮਿਲ ਸਕਦੇ ਹੋ ਆਪਣੇ ਸਾਰੇ ਡਾਊਟਸ ਕਲੀਅਰ ਕਰ ਸਕਦੇ ਹੋ ਚੰਡੀਗੜ੍ਹ ਵਿਖੇ ਸੋ 23 ਅਕਤੂਬਰ ਨੂੰ ਮਿਲਦੇ ਹਾਂ ਹੋਟਲ ਅਰੋਮਾ ਚ 17 ਨੂੰ ਬਠਿੰਡਾ ਚ 19 ਨੂੰ ਅੰਮ੍ਰਿਤਸਰ ਚ ਐਂਡ 15 ਨੂੰ ਚੰਡੀਗੜ੍ਹ ਸੈਕਟਰ 17 ਆਫਿਸ ਚ ਜੀ ਚਲੋ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਜਸਮੀਤ ਪਾਟਿਆ ਜੀ ਨੇ ਦਿੱਤੀ ਹੈ ਸਕਰੀਨ ਤੇ ਨੰਬਰ ਵੀ ਨੇ ਤੁਸੀਂ WhatsApp ਕਰ ਸਕਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਔਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਸਪੀਤ ਜੀ ਨੂੰ ਵੀ ਮਿਲ ਸਕਦੇ ਹੋ थैंक यू so much ਸਰ थैंक यू so much